Hello everyone welcome or welcome back to my channel B.A Semester 6 English Elective de novel upar start kita hoya Janeere character karange aaj is da Janeere da oh heroine hai gi novel di so the whole story of the novel revolves around her sari story us de gird ghumdi hai novel jisne he write kita aega to has given her true reflection usne usnu true reflection den di koshish kiti hai sensibility honesty tolerance power ਜਿਹੜੀ ਹੈਗੀ ਦਿਖਾਈ ਹੈ ਕਿ ਕਿਦਾਂ ਸੈਂਸਿਬਲ ਹੋਇਆ ਜਾਂਦਾ ਕਿਦਾਂ ਓਨੈਸਟੀ ਮਤਲਬ ਕਿ ਐਗਜ਼ਾਮਪਲ ਸਾਨੂੰ ਪੇਸ਼ ਕੀਤੀਆਂ ਨੇ ਅਤੇ ਡਿਸਾਈਡ ਟੂ ਡੂ ਥਿੰਗਸ ਅਤੇ ਇਹ ਦਿਖਾਇਆ ਕਿ ਜਿਹੜਾ ਹੈ ਜਦੋਂ ਫੈਸਲਾ ਲਿਆ ਜਾਂਦਾ ਚੀਜ਼ਾਂ ਨੂੰ ਕਰਨ ਨੂੰ ਤਾਂ ਉਹ ਚੀਜ਼ਾਂ ਕੰਪਲੀਟ ਹੁੰਦੀਆਂ ਨੇ ਜੇਨ ਹੋਲਡਸ ਆਰ ਅਟੈਂਸ਼ਨ ਫ্রম ਸਟਾਰਟਿੰਗ ਟੂ ਐਂਡਿੰਗ ਸ਼ੁਰੂ ਤੋਂ ਅੰਤ ਤੱਕ ਜਿਹੜਾ ਹੈ ਜੋ ਜਿਹੜੀ ਜੇਨ ਹੈਗੀ ਹੈ ਹੀਰੋਇਨ ਹੈ ਉਹ ਅਟੈਂਸ਼ਨ ਜਿਹੜੀ ਹੈਗੀ ਹੈ ਸਾਡੀ ਲੈ ਕੇ ਰੱਖਦੀ ਹੈ बिकॉज ਸ਼ੀ ਲੀਡਸ ਅ ਸਟੋਰੀ ਟੂ ਇਟਸ ਡੈਸਟੀਨੇਸ਼ਨ ਕਿਉਂਕਿ ਉਹੀ ਜਿਹੜੀ ਹੈ ਸਟੋਰੀ ਨੂੰ ਇਸਦੇ ਡੈਸਟੀਨੇਸ਼ਨ ਮੰਜ਼ਿਲ ਤੱਕ ਪਹੁੰਚਾਉਂਦੀ ਹੈ ਸ਼ੀ ਵਿਨਸ ਐਡਮਾਇਰੇਸ਼ਨ ਆਫ एवरीवन ਐਸ ਸ਼ੀ ਸਿੰਪਲ ਐਂਡ ਇਨੋਸੈਂਟ ਹੁਣ ਦੇਖੋ ਬਹੁਤ ਹੀ ਜ਼ਿਆਦਾ ਉਹ ਸਿੰਪਲ ਹੁੰਦੀ ਹੈ ਇਨੋਸੈਂਟ ਯਾਨੀ ਕਿ ਭੋਲੀ ਭਾਲੀ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਹੈ ਸਾਡੀ ਐਡਮਾਇਰੇਸ਼ਨ ਨੂੰ ਵੀ ਉਹ ਜਿੱਤ ਲੈਂਦੀ ਹੈ ਜੇਨ ਇਜ਼ ਐਨ ਔਰਫਨ ਆਫ ਏਜ 9 9 ਸਾਲ ਦੀ ਇੱਕ ਔਰਫਨ ਲੜਕੀ ਹੈ ਸ਼ੀ ਲਿਵਸ ਵਿਦ ਹਰ ਆਂਟ ਜੇਨ ਜਿਹੜੀ ਆਪਣੀ ਆਂਟ ਦੇ ਨਾਲ ਰਹਿੰਦੀ ਜਿੱਥੇ ਆਂਟ ਦਾ ਨਾਮ ਕੀ ਹੁੰਦਾ ਹੈ ਮਿਸਿਸ ਰੀਡ ਅਤੇ ਉਹਦੇ ਤਿੰਨ ਬੱਚੇ ਹੁੰਦੇ ਨੇ ਫਾਈਨ ਅਤੇ ਆਂਟ ਰੀਡ ਜਿਹੜੀ ਹੁੰਦੀ ਹੈ ਟਰੀਟਸ ਹਰ ਵਿਦ क्रੂਅਲਟੀ ਐਂਡ ਅਬਿਊਸਿਵਨੈਸ ਉਸ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਆਪਾਂ ਕਹਿੰਦੇ ਕਰੂਅਲਟੀ ਵਾਲਾ ਗਾਲੀ ਗਲੋਚ ਵਾਲਾ ਵਿਵਹਾਰ ਕਰਦੀ ਹੈ ਸ਼ੀ ਹੈਜ਼ ਨੋ ਵਨ ਟੂ ਸ਼ੇਅਰ ਹਰ ਫੀਲਿੰਗਸ ਹੁਣ ਜੇਨ ਕੋਲੇ ਕੋਈ ਵੀ ਨਹੀਂ ਹੁੰਦਾ ਜਿਸ ਦੇ ਨਾਲ ਉਹ ਆਪਣੀ ਫੀਲਿੰਗਸ ਨੂੰ ਸ਼ੇਅਰ ਕਰੇ ਸ਼ੀ ਸਕੋਰਸ ਹਰ ਲੱਕ ਫॉर ਸੱਚ ਲਾਈਫ ਆਪਣੇ ਲੱਕ ਨੂੰ ਕਿਤੇ ਕਿਤੇ ਕੋਸਦੀ ਹੈ ਉਹ ਸ਼ੀ ਇਜ਼ ਹੋਪਲੈਸ ਉਹ ਬੇਆਸ ਹੈ ਬਟ ਹੈਪੀਨੈਸ ਇਜ਼ ਮਾਈਲਸ ਅਵੇ ਫਰਮ ਹਰ ਅਤੇ ਜਿਹੜੀ ਖੁਸ਼ੀ ਹੈ ਉਸ ਤੋਂ ਕੋਹਾਂ ਦੂਰ ਹੈ ਆਂਟ ਰੀਡ ਸੈਂਡਸ ਹਰ ਟੂ ਲੋਵਵੁੱਡ ਸਕੂਲ ਟੂ ਗੈਟ ਰਿਡ ਆਫ ਹਰ ਹੁਣ ਆਂਟ ਰੀਡ ਵੀ ਉਸ ਤੋਂ ਦੁਖੀ ਹੁੰਦੀ ਹੈ ਤੇ ਉਸ ਨੂੰ ਜਿਹੜਾ ਕਿਉਂਕਿ ਉਸ ਦੇ ਲੜਕੇ ਨਾਲ ਇਸ ਦਾ ਕੋਈ ਸੀਨ ਹੋ ਜਾਂਦਾ ਜਿਸ ਕਰਕੇ ਜਿਹੜੀ ਹੈਗੀ ਹੈ ਇਹ ਜੇਨ ਹੋਰ ਵੀ ਜ਼ਿਆਦਾ ਜਿਹੜੀ ਹੈਗੀ ਹੈ ਘਰ ਛੱਡ ਕੇ ਜਾਣਾ ਚਾਹੁੰਦੀ ਹੈ ਤਾਂ ਆਂਟ ਰੀਡਰ ਨੂੰ ਵੀ ਉਸ ਤੋਂ ਜਿਹੜੀ ਸੀਗੀ ਆ ਆਪਾਂ ਕੈਸਾ ਕਰਦੇ ਹਾਂ ਵੀ ਨਜ਼ਾਰਤ ਮਿਲ ਜਾਂਦੀ ਹੈ ਤਾਂ ਉਹ ਲੋਅਰ ਸਕੂਲ ਦੇ ਵਿੱਚ ਭੇਜ ਦਿੱਤੀ ਜਾਂਦੀ ਹੈ ਦਾ ਓਨਰ ਆਫ 댓 ਚੈਰੀਟੇਬਲ ਸਕੂਲ ਟਰੀਟਸ ਆਰ ਆਰਚਲੀ ਹੁਣ ਜਿਹੜਾ ਓਨਰ ਹੁੰਦਾ ਹੈ ਉਸ ਸਕੂਲ ਦਾ ਚੈਰੀਟੇਬਲ ਸਕੂਲ ਹੁੰਦਾ ਹੈ ਤਾਂ ਉਸ ਦਾ ਓਨਰ ਵੀ ਜਿਹੜਾ ਹੈ ਇਸ ਦਿਨਾਂ ਬੜੀ ਬਦਸਲੂਕੀ ਕਰਦਾ ਹੈ ਬਟ ਜੇਨ ਡਿਵੈਲਪਸ ਗੁੱਡ ਰਿਲੇਸ਼ਨ ਵਿਦ ਹੈਲਨ ਬਰਨਸ ਤਾਂ ਉੱਥੇ ਉਹ ਸਹੇਲੀਆਂ ਬਣਾਉਂਦੀ ਹੈ ਤਾਂ ਉਹ ਹੈਲਨ ਬਰਨਸ ਨਾਂ ਦੀ ਇੱਕ ਲੜਕੀ ਹੁੰਦੀ ਹੈ ਉਹਦੇ ਨਾਲ ਅੱਛਾ ਰਿਲੇਸ਼ਨ ਸਹੇਲੀ ਦਾ ਇਹ ਬਣਾ ਲੈਂਦੀ ਹੈ but soon helen burns dies after completing her education she begins to teach there in the same school ਹੁਣ ਦੇਖੋ ਹੈਲਨ ਬਰਨਸ ਦੀ ਦੋਸਤੀ ਤੇ ਦੀ ਦੋਸਤੀ ਜਿਹੜੀ ਹੈਗੀ ਜਿਆਦਾ ਦੇਰ ਨਹੀਂ ਚੱਲਦੀ ਦੋਸਤੀ ਤੋਂ ਕੁਝ ਦੇਰ ਬਾਅਦ ਹੀ ਹੈਲਨ ਦੀ ਡੈਥ ਹੋ ਜਾਂਦੀ ਹੈ ਅਤੇ ਹੈਲਨ ਜਿਹੜੀ ਹੈਗੀ ਇਸ ਨੂੰ ਕਾਫੀ ਤਰ੍ਹਾਂ ਕੁਝ ਆਪਾਂ ਕਹਿ ਸਕਦੇ ਕ੍ਰਿਸ਼ਨੈਟੀ ਬਾਰੇ ਟੀਚ ਕਰਕੇ ਜਾਂਦੀ ਹੈ ਸੋ ਹੈਲਨ ਵੀ ਜਿਹੜੀ ਸੌਰੀ ਜਿਹੜੀ ਜੇਨ ਹੈਗੀ ਹੈ ਉਹ ਵੀ ਆਪਣੀ ਐਜੂਕੇਸ਼ਨ ਕੰਪਲੀਟ ਕਰਕੇ ਉੱਥੇ ਪੜਾਣਾ ਸ਼ੁਰੂ ਕਰਦੇ ਨੇ 2 ਸਾਲ ਉੱਥੇ ਟੀਚ ਕਰਕੇ ਐਕਸਪੀਰੀਅੰਸ ਲੈ ਕੇ ਸ਼ੀ ਲੀਵਸ ਦ ਸਕੂਲ ਫੋਰ ਅ ਬੈਟਰ ਜੋਬ ਓਪਰਚੁਨਿਟੀ ਤਾਂ ਇੱਕ ਬੈਟਰ ਜੋਬ ਦੀ ਓਪਰਚੁਨਿਟੀ ਦੇ ਵਿੱਚ ਉਹ ਜਿਹੜਾ ਹੈਗਾ ਤਲਾਸ਼ ਲਈ ਦੌੜ ਜਿਹੜੀ ਹੈਗੇ ਦੌੜ ਪੈਂਦੀ ਆ ਤਾਂ ਜਦੋਂ ਦੇਖੋ 2 ਸਾਲ ਬਾਅਦ ਇਹ ਜਾਂਦੀ ਹੈ ਤਾਂ ਥੋਰਨ ਫੀਲਡ ਹਾਲ ਦੇ ਵਿੱਚ ਜਿਹੜਾ ਹੈਗਾ ਇਹ ਪਹੁੰਚਦੀ ਹੈ ਤਾਂ ਉੱਥੇ ਦਾ ਓਨਰ ਕੌਣ ਹੁੰਦਾ ਰੋਚੈਸਟਰ ਜਿਹੜਾ ਕਿ ਹੀਰੋ ਹੁੰਦਾ ਤਾਂ ਇੱਥੋਂ ਜਿਹੜੇ ਹੈ ਰੋਚੈਸਟਰ ਨਾਲ ਉਸ ਦੀ ਜਿਹੜੀ ਹੈਗੀ ਆ ਗੱਲਬਾਤ ਸਟਾਰਟ ਹੋ ਜਾਂਦੀ ਹੈ ਸੋ ਕਿਵੇਂ ਕਿਵੇਂ ਇਨਸੀਡੈਂਟ ਘੁੰਮਦੇ ਆਪਾਂ ਅੱਗੇ ਪੜਦੇ ਆ ਜੇਨ ਗੈਟਸ ਜੌਬ ਐਟ ਥੋਰਨ ਫੀਲਡ ਹਾਲ ਜੋਬ ਮਿਲ ਜਾਂਦੀ ਹੈ ਸ਼ੀ ਗੇਟਸ ਜੋਬ देयर ਟੂ ਲੁੱਕ ਆਫਟਰ ਐਡੇਲ ਤੇ ਐਡੇਲ ਜਾਨਕੀ ਐਡੇਲ ਨੂੰ ਲੁੱਕ ਆਫਟਰ ਦੀ ਜੋਬ ਹੁੰਦੀ ਹੈ ਹੂ ਇਸ ਡਾਟਰ ਆਫ ਸਿਲਾਈਨ ਵਾਂਸ ਜਿਹੜੀ ਕਿ ਸਿਲਾਈਨ ਵਾਂਸ ਦੀ ਡਾਟਰ ਹੁੰਦੀ ਹੈ ਸ਼ੀ ਲੈਫਟ ਐਡੇਲ ਐਂਡ ਮੂਵਡ ਵਿਦ ਐਨੀ ਵਨ ਐਲਸ ਹੁਣ ਜਿਹੜੀ ਐਡੇਲ ਐਡੇਲ ਦੀ ਮਦਰ ਹੁੰਦੀ ਹੈ ਉਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਰੋਚੈਸਟਰ ਜਿਹੜਾ ਹੁੰਦਾ ਹੈ ਹੀਰੋ ਤਾਂ ਉਸ ਦਾ ਜਿਹੜਾ ਹੈ ਸਿਲੈ ਸਿਲਾਈਨ ਵਾਂਸ ਦੇ ਨਾਲ ਜਿਹੜਾ ਹੈਗਾ ਇੱਕ ਰਿਲੇਸ਼ਨ ਡਿਵੈਲਪ ਹੋ ਜਾਂਦਾ ਹੈ ਅਤੇ ਫਿਰ ਉਸ ਤੋਂ ਬਾਅਦ ਇੱਕ ਉਹ ਆਪੇਰਾ ਡਾਂਸਰ ਹੁੰਦੀ ਹੈਗੀ ਹੈ ਤਾਂ ਇਸ ਕਰਕੇ ਜਿਹੜਾ ਹੈਗਾ ਉਹ ਜਦੋਂ ਜਨਮ ਦੇ ਦਿੰਦੀ ਹੈ ਡੈਲੇ ਨੂੰ ਤਾਂ ਉਸ ਨੂੰ ਛੱਡ ਕੇ ਰੋਚੈਸਟਰ ਨੂੰ ਦੇ ਕੇ ਜਿਹੜੀ ਹੈਗੀ ਉਹ ਕਿਸੇ ਹੋਰ ਨਾਲ ਫਰਾਰ ਹੋ ਜਾਂਦੀ ਹੈ ਸੋ ਐਦਾਂ ਦਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਐਡਲੇ ਕਿਤੇ ਨਾ ਕਿਤੇ ਰੋਚੈਸਟਰ ਨੂੰ ਲੱਗਦਾ ਕਿ ਮੇਰੀ ਡੌਟ ਨਹੀਂ ਹੈ ਲੇਕਿਨ ਫਿਰ ਵੀ ਉਹਦੀ ਕੇਅਰ ਕਰਦਾ ਹੈਗਾ ਕਿਉਂਕਿ ਉਹ ਛੋਟੀ ਹੁੰਦੀ ਤੇ ਨਾਲੇ ਇਹ ਦੇ ਵਿੱਚ ਜਿਹੜੀ ਹੁੰਦੀ ਹੈ ਰੋਚੈਸਟਰ ਚ ਮਾਨਵਤਾ ਹੁੰਦੀ ਹੈ ਠੀਕ ਹੈ ਸੋ ਜੇਨ ਟੇਕਸ ਟੇਕਸ ਕੇਅਰ ਆਫ ਹਰ ਵਿਦ ਲਵ ਐਂਡ ਅਫੈਕਸ਼ਨ ਹੁਣ ਜੇਨ ਜਿਹੜੀ ਹੈਗੀ ਹੈ ਉਹ ਉਸ ਦੀ ਕੇਅਰ ਕਰਦੀ ਹੈ ਉਸ ਨੂੰ ਪਿਆਰ ਦਿੰਦੀ ਹੈ ਉਸ ਦੀ ਗਵਰਨੈਂਸ ਦੇ ਵਜੋਂ ਉਸ ਨੂੰ ਜੋਬ ਮਿਲ ਜਾਂਦੀ ਹੈ ਸ਼ੀ ਕੇਅਰਸ ਅਦਰ ਫੈਮਿਲੀ ਮੈਂਬਰਸ ਟੂ ਤੇ ਹੋਰ ਫੈਮਿਲੀ ਮੈਂਬਰਸ ਨੂੰ ਵੀ ਜਿਹੜਾ ਕੇਅਰ ਕਰਦੀ ਹੈ ਬਟ ਸ਼ੀ ਆਲਸੋ ਐਕਸਪੀਰੀਐਂਸਸ ਸਮ ਮਿਸਟੀਰੀਅਸ ਐਕਟੀਵਿਟੀਆਂ ਲੇਕਿਨ ਕਿਤਨਾ ਕਿਤੇ ਉਸ ਨੂੰ ਕੁਝ ਘਰ ਦੇ ਵਿੱਚ ਜਿਹੜਾ ਹੈ ਕੁਝ ਅਜੀਬ ਅਜੀਬ ਚੀਜ਼ਾਂ ਗਤੀਵਿਧੀਆਂ ਵੀ ਜਿਹੜੀਆਂ ਹੈ ਉਸ ਨੂੰ ਮਹਿਸੂਸ ਹੁੰਦੀਆਂ ਰਹਿੰਦੀਆਂ ਨੇ ਸ਼ੀ ਐਕਸਪੀਰੀਐਂਸਸ some kind of fearful voices like sound of laughing crying jingling there ta kitena kithe usnu gadgadahad di uh, jingling di thi awaz theek hai ron thi, hasan thi, vaj, kuch, uh, di hasan di kuch khroochran di awaz kuch jadian ne ajeeb jeeb uh, fearful awazan dravni awazan usnu aundiyan ne dhis is suspense for her ta us li jehda hai e suspense hunda one day a mysterious fight takes place there ਇੱਕ ਵਾਰ ਉਥੇ ਅਚਾਨਕ ਹੀ ਇੱਕ ਅੱਗ ਆਪਾਂ ਕਹਿ ਸਕਦੇ ਆ ਲੱਗ ਲੱਗ ਜਾਂਦੀ ਹੈ ਐਂਡ ਜੇਨ ਸੇਵਜ਼ ਰਚੈਸਟਰ ਫ্রম दैट ਫਾਇਰ ਅਤੇ ਜਿਹੜੀ ਜੇਨ ਹੁੰਦੀ ਹੈ ਰਚੈਸਟਰ ਨੂੰ ਉਸ ਅੱਗ ਤੋਂ ਬਚਾ ਲੈਂਦੀ ਹੈ ਤਾਂ ਅੱਗ ਕਿੱਦਾਂ ਲੱਗਦੀ ਹੈ ਉਸ ਦੀ ਵਾਈਫ ਜਿਹੜੀ ਹੁੰਦੀ ਹੈ ਅ ਬਰਥਾ ਠੀਕ ਹੈ ਰਚੈਸਟਰ ਮੈਰਿਡ ਹੁੰਦਾ ਜਿਹੜੀ ਇਸ ਗੱਲ ਦੇ ਬਾਰੇ ਜਿਹੜੀ ਹੈਗੀ ਹੈ ਜੇਨ ਨੂੰ ਨਹੀਂ ਪਤਾ ਹੁੰਦਾ ਤਾਂ ਬਰਥਾ ਜਿਹੜੀ ਹੈਗੀ ਆ ਪਾਗਲ ਹੁੰਦੀ ਹੈ ਮੈਂਟਲੀ ਅਫਸੈਟ ਤੋਂ ਕਰ ਨੂੰ ਅੱਗ ਲਗਾ ਦਿੰਦੀ ਹੈ ਤੇ ਇਹਦੇ ਬੈੱਡ ਤੇ ਵੀ ਆਕ ਆ ਜਾਂਦੀ ਹੈ ਤਾਂ ਜਿਹੜਾ ਰਚੈਸਟਰ ਨੂੰ ਜਿਹੜੀ ਹੈ ਜੇਨ ਬਚਾ ਲੈਂਦੀ ਆ ਸੋ ਜੇਨ ਜਿਹੜੀ ਹੈਗੀ ਅਟਰੈਕਟਡ ਟੁਵਰਡਸ ਰਚੈਸਟਰ ਰਚੈਸਟਰ ਦੇ ਪ੍ਰਤੀ ਅਟਰੈਕਟ ਹੋ ਜਾਂਦੀ ਹੈ ਸ਼ੀ ਫੀਲਸ ਲਵ ਫॉर ਹਿਮ ਉਸ ਲਈ ਪਿਆਰ ਜਿਹੜਾ ਹੈਗਾ ਉਸ ਦੇ ਕੋਲ ਪਿਆਰ ਨਾ ਭਰ ਜਾਂਦੀ ਬਿਕੋਜ਼ ਉਹ ਦੇਖਦੀ ਹੈ ਕਿ ਹਨਾ ਵੀ ਹੈ ਇਹ ਡੈਲੀ ਨੂੰ ਕਿਸ ਤਰ੍ਹਾਂ ਉਹ ਗਵਰਨ ਕਰਵਾ ਕਰਵਾ ਰਿਹਾ ਹੈ ਤੇ ਨਾਲ ਹੀ ਉਹ ਦਾ ਕਾਫੀ ਅੱਛਾ ਮਤਲਬ ਕਿ ਲੁੱਕ ਵੀ ਹੁੰਦਾ ਹੈ ਲੁੱਕ ਵਾਈਜ਼ ਵੀ ਠੀਕ ਹੁੰਦਾ ਹੈ ਦੇ ਨਾਲ ਦੂਜੀ ਗੱਲ ਹੈਗੀ ਹੈ ਕਿ ਉਸ ਨੂੰ ਇੱਕ ਹੋਪ ਤਾਂ ਹੁੰਦੀ ਹੈ ਕਿ ਹਾਂ ਹਨਾ ਮੈਨੂੰ ਕਿਤੋਂ ਪਿਆਰ ਮਿਲ ਰਿਹਾ ਦੂਜੀ ਗੱਲ ਹੈਗੀ ਹੈ ਕਿ ਇਹ ਝੂਠ ਵੀ ਬਹੁਤ ਬੋਲਦਾ ਹੁੰਦਾ ਰੋਚੈਸਟਰ ਦੇ ਨਾਲ ਸ਼ੀ ਓਨੈਸਟਲੀ ਲਵਸ ਹਿਮ ਉਹ ਉਸ ਦੇ ਨਾਲ ਇਮਾਨਦਾਰੀ ਦੇ ਨਾਲ ਪਿਆਰ ਕਰਦੀ ਹੈ ਸ਼ੀ ਹੈਜ਼ ਨੋ ਗਰੀਡ ਫਾਰ ਹਿਸ ਮਨੀ ਪੈਸੇ ਦੇ ਲਈ ਉਸ ਦਾ ਕੋਈ ਵੀ ਲਾਲਚ ਨਹੀਂ ਹੁੰਦਾ ਹਰ ਲਵ ਇਜ਼ ਸੈਲਫਲੈਸ ਉਸ ਦਾ ਪਿਆਰ ਜਿਹੜਾ ਹੈ ਸੈਲਫਲੈਸ ਹੁੰਦਾ ਹੈ ਨਿਰਸਵਾਰਥ ਹੁੰਦਾ ਹੈ ਸ਼ੀ ਰਿਗਾਰਡਸ ਰੋਚੈਸਟਰ ਫਾਰ ਹਰ ਗ੍ਰੇਟ ਵੈਲਿਊਜ਼ ਫੋਰ ਹਿਸ ਗ੍ਰੇਟ ਵੈਲਿਊਜ਼ ਤਾਂ ਰੋਚੈਸਟਰ ਨੂੰ ਉਸ ਦੇ ਗ੍ਰੇਟ ਵੈਲਿਊਜ਼ ਦੇ ਲਈ ਉਹ ਰਿਸਪੈਕਟ ਕਰਦੀ ਹੁੰਦੀ ਹੈ ਕਿ ਉਹਦੀ ਹਾਈ ਵੈਲਿਊਜ਼ ਹੈ ਬੋਥ ਫਾਲ ਇਨ ਲਵ ਦੋਨਾਂ ਦਾ ਪਿਆਰ ਪੈ ਜਾਂਦਾ ਹੈ ਬਿਫੋਰ देयर ਲਵ ਉਹਨਾਂ ਦੇ ਪਿਆਰ ਤੋਂ ਪਹਿਲਾਂ ਜਿਹੜਾ ਹੈ ਲਵ ਟਰਨਸ ਇਨਟੂ ਮੈਰਿਜ ਤਾਂ ਜਦੋਂ ਕਿ ਉਹਨਾਂ ਦੀ ਜਿਹੜਾ ਪਿਆਰ ਹੈ ਮੈਰਿਜ ਚ ਬਦਲਦਾ ਇਟ ਇਜ਼ ਰਿਵੀਲਡ ਥੈਟ ਰੋਚੈਸਟਰ ਇਜ਼ ਆਲਰੇਡੀ ਮੈਰਿਡ ਇਹ ਪਤਾ ਲੱਗਦਾ ਹੈ ਕਿ ਰੁਚੈਸਟਰ ਜਿਹੜਾ ਹੈ ਪਹਿਲਾਂ ਤੋਂ ਹੀ ਮੈਰਿਟ ਹੈ ਤੋ ਦੇਖੋ ਕਿਤੇ ਦਾ ਇਹ ਕਹਿੰਦਾ ਕਿ ਐਡੇਲੇ ਦੀ ਮਾਂ ਨਾਲ ਮੈਂ ਸਿਰਫ ਇੱਕ ਮੇਰਾ ਜਿਹੜਾ ਸੀਗਾ ਰਿਸ਼ਤਾ ਸੀ ਥੋੜਾ ਬਹੁਤ ਲੇਕਿਨ ਉਹ ਜਿਹੜੀ ਹੈਗੀ ਛੱਡ ਕੇ ਕਿਸੇ ਹੋਰ ਨਾਲ ਬਹਾਰ ਹੋਗੀ ਤੇ ਮੈਂ ਐਡੇਲੇ ਦਾ ਪਾਲਣ ਪੋਸ਼ਣ ਜਿਹੜਾ ਹੈਗਾ ਕਰਾਂਗਾ ਅਤੇ ਕਿਤੇ ਨਾ ਕਿਤੇ ਦਾ ਇਹ ਉਸ ਨੂੰ ਜਿਹੜਾ ਹੈ ਪ੍ਰਭਾਵਿਤ ਕਰਨ ਦਾ ਦੂਜੇ ਪਾਸੇ ਫੇਰ ਇਸ ਦਾ ਇੱਕ ਹੋਰ ਥੂਟ ਖੁੱਲਦਾ ਹੈ ਕਿ ਜਿਹੜਾ ਹੈ ਰੁਚੈਸਟਰ ਮੈਰਿਟ ਹੈ ਤੋ ਜੇ ਇਹ ਬਿਲਕੁਲ ਟੁੱਟ ਜਾਂਦੀ ਹੈ ਸ਼ੀ ਰਿਫਿਊਜ਼ਸ ਫੋਰ ਮੈਰਿਜ ਰਿਫਿਊਜ਼ ਕਰ ਦਿੰਦੀ ਹੈ ਮੈਰਿਜ ਲਈ ਅਤੇ ਥਰਨ ਫੀਲਡ ਨੂੰ ਲੀਵ ਕਰ ਜਾਂਦੀ ਹੈ ਜੇਨ ਇਜ਼ ਰਿਸਪੈਕਟਫੁਲ ਊਮਨ ਰਿਸਪੈਕਟਫੁਲ ਊਮਨ ਹੈ ਸ਼ੀ ਰਿਸਪੈਕਟਸ ਸਟ੍ਰੇਂਜਰਸ ਆਲਸੋ ਅਜਨਬੀਆਂ ਨੂੰ ਵੀ ਜਿਹੜੀ ਹੈ ਉਹ ਰਿਸਪੈਕਟ ਕਰਦੀ ਹੈ ਵੈਨ ਸ਼ੀ ਫਾਲਸ ਅਨਕੌਂਸ਼ੀਅਸ ਔਨ ਰਿਵਰਸ ਡੋਰ ਜਦੋਂ ਜਿਹੜਾ ਹੈਗਾ ਉਹ ਆਪਾਂ ਕਹਿ ਸਕਦੇ ਹਾਂ ਕਿ ਭੁੱਖੀ ਪਿਆਸੀ ਉਹ ਇਧਰ ਉਧਰ ਫਿਰਦੀ ਹੁੰਦੀ ਹੈ ਤਾਂ ਉਹ ਰਿਵਰਸ ਰੋਡ ਦੇ ਜਦੋਂ ਉਹ ਰਚੈਸਟਰ ਤੋਂ ਅਲੱਗ ਹੋ ਕੇ ਜਾਂਦੀ ਹੈਗੀਆ ਉਸ ਨੂੰ ਰਿਜੈਕਟ ਕਰਕੇ ਰਿਫਿਊਜ਼ ਕਰਕੇ ਤਾਂ ਉਹ ਜਿਹੜੀ ਭੁੱਖੀ ਪਿਆਸੀ ਪੀਕ ਮੰਗ ਕੇ ਆਪਣਾ ਗੁਜ਼ਾਰਾ ਕਰਦੀ ਹੈ ਤਾਂ ਬੇਹੋਸ਼ ਹੋ ਕੇ ਰਿਵਰਸ ਦੇ ਡੋਰ ਦੇ ਅੱਗੇ गिर ਜਾਂਦੀ ਹੈ ਤਾਂ ਅੰਦ 3 ਸਿਬਲਿੰਗਸ ਤਿੰਨ ਭੈਣ ਭਰਾ ਹੁੰਦੇ ਨੇ ਸ਼ੀ ਸ਼ੇਅਰਸ ਦ ਮੂਮੈਂਟਸ ਵਿਦ ਥੈਮ ਅਤੇ ਉਹਨਾਂ ਨਾਲ ਜਿਹੜਾ ਆਪਣੇ ਮੂਮੈਂਟ ਸ਼ੇਅਰ ਕਰਦੀ ਹੈ ਕਿ ਮੇਰੇ ਨਾਲ ਕੀ ਹੋਇਆ ਸੈਂਟ ਜohn ਜਿਹੜਾ ਪਾਦਰੀ ਹੁੰਦਾ ਫਾਈਂਡਸ ਅ ਜੌਬ ਫੋਰ ਹਰ ਇਨਾ ਗਰਲ ਸਕੂਲ ਤਾਂ ਗਰਲ ਸਕੂਲ ਦੇ ਵਿੱਚ ਉਹਦੇ ਲਈ ਇੱਕ ਜੌਬ ਜਿਹੜੀ ਹੁੰਦੀ ਆ ਉਹ ਫਾਈਂਡ ਕਰ ਲੈਂਦਾ ਜੇਨ ਫੀਲਸ ਫੈਮਿਲੀ ਬੌਂਡ ਵਿਦ them ਤਾਂ ਜੇਨ ਉਹਨਾਂ ਨਾਲ ਪਿਆਰ ਜਿਹੜਾ ਹੈਗਾ ਫੈਮਿਲੀ ਵਾਲਾ ਕਰਨਾ ਸਟਾਰਟ ਕਰ ਦਿੰਦੀ ਹੈ ਇਹ ਜਿਹੜੇ ਚਾਰੋਂ ਹੁੰਦੇ ਨੇ ਫੈਮਿਲੀ ਵਾਂਗੂ ਰਹਿਣਾ ਸਟਾਰਟ ਕਰ ਦਿੰਦੇ ਨੇ ਦੂਜੀ ਗੱਲ ਹੈਗੀ ਹੈ ਕਿ ਇਹ ਟੁੱਟੀ ਹੋਈ ਹੁੰਦੀ ਹੈ ਤਾਂ ਇਸ ਨੂੰ ਇਹ ਹੁੰਦਾ ਕਿ ਮੈਨੂੰ ਕਿਤੇ ਨਾ ਕਿਤੇ ਤਾਂ ਫੈਮਿਲੀ ਦਾ ਪਿਆਰ ਮਿਲਿਆ when jane receives the pounds ਹੁਣ ਜਦੋਂ ਜੇਨ ਨੂੰ ਰੀਸੀਵ ਹੁੰਦੇ ਨੇ ਪਾਉਂਡਸ ਤਾਂ ਸ਼ੀ ਸ਼ੇਅਰਸ ਇਕੁਅਲੀ ਟੂ देम ਆਲਸੋ ਹੁਣ ਉਹਨਾਂ ਦੇ ਨਾਲ ਵੀ ਬਰਾਬਰ ਬਟਵਾਰਾ ਕਰ ਦਿੰਦੇ ਕਿ ਬਿਕੋਜ਼ ਉਹਨੂੰ ਪਤਾ ਲੱਗਦਾ ਕਿ ਇਹ ਵੀ ਮੇਰੇ ਕਜ਼ਨ ਨੇ ਦੀ ਸ਼ੋਜ਼ ਦੈਟ ਸ਼ੀ ਇਜ਼ ਸੈਲਫਲੈਸ ਪਰਸਨ ਤਾਂ ਉਸ ਆਪਾਂ ਨੂੰ ਪਤਾ ਲੱਗਦਾ ਕਿ ਸੈਲਫਲੈਸ ਪਰਸਨ ਹੁੰਦੀ ਹੈ ਜੇਨ ਵਾਂਟਸ ਟੂ ਲਿਵ ਐਨ ਇੰਡੀਪੈਂਡੈਂਟ ਲਾਈਫ ਇੱਕ ਇੰਡੀਪੈਂਡੈਂਟ ਲਾਈਫ ਉਹ ਬਤੀਤ ਕਰਨਾ ਚਾਹੁੰਦੀ ਹੈ ਅਤੇ ਉਹ ਕਿਸੇ ਦੇ ਉੱਤੇ ਡਿਪੈਂਡ ਨਹੀਂ ਹੋਣਾ ਚਾਹੁੰਦੀ ਸ਼ੀ ਵਰਕਸ ਵਿਦਆਊਟ ਐਨੀ ਹੈਜ਼ਿਟੇਸ਼ਨ ਬੇਚੀਜ਼ਿਕ ਨਾਲ ਉਹ ਕੰਮ ਕਰਦੀ ਹੈ ਅਤੇ ਜਦੋਂ ਇਹ ਰਿਵਰਸ ਫੈਮਿਲੀ ਨੂੰ ਮਿਲਦੀ ਹੈਗੀ ਤਾਂ ਉੱਥੇ ਵੀ ਜਿਹੜੀ ਹੈਗੀ ਇਹ ਜੌਬ ਨੂੰ ਫਾਈਂਡ ਕਰਕੇ ਉੱਥੇ ਜਿਹੜੀ ਹੈ ਅਪਾਇੰਟ ਹੋ ਜਾਂਦੀ ਹੈ ਸ਼ੀ ਰੇਸ ਹਿਸ ਵੌਇਸ ਅਗੇਂਸਟ ਹਰ ਟੌਰਚਰ ਹੁਣ ਦੇਖੋ ਉਹ ਜਦੋਂ ਐਂਟ ਰੀਡ ਦੇ ਕੋਲੇ ਹੁੰਦੀ ਹੈ ਤਾਂ ਉਹ ਆਪਣੇ ਟੌਰਚਰ ਦੇ ਪ੍ਰਤੀ ਜਿਹੜੀ ਹੈਗੀ ਆਵਾਜ਼ ਉਠਾਉਂਦੀ ਹੈ ਸ਼ੀ ਡਿਵੈਲਪਸ ਰਿਲੇਸ਼ਨ ਵਿਦ ਹੈਲਨ ਬਰਨਸ ਹੈਲਨ ਬਰਨਸ ਦੇ ਨਾਲ ਵੀ ਰਿਲੇਸ਼ਨ ਜਿਹੜੇ ਹੈਗੇ ਆ ਉਹ ਡਿਵੈਲਪ ਕਰਦੀ ਹੈ ਉਸ ਨੂੰ ਅੱਛੀ ਫਰੈਂਡ ਬਣਾ ਲੈਂਦੀ ਹੈ ਸ਼ੀ ਐਕਸਪੈਕਟਸ ਜੋਬ ਇਨ ਦਾ ਸੇਮ ਸਕੂਲ ਆਫਟਰ ਕੰਪਲੀਟਿੰਗ ਹਰ ਐਜੂਕੇਸ਼ਨ ਦੇਖੋ ਆਪਣਾ ਕੈਰੀਅਰ ਬਣਾ ਲਈ এডਿਕੇਸ਼ਨ ਹਾਸਲ ਕਰਦੀ ਹੈ ਫਿਰ ਉਸ ਤੋਂ ਬਾਅਦ ਉੱਥੇ ਹੀ ਬਣਾਣਾ ਟੀਚ ਟੀਚ ਕਰਨਾ ਸਟਾਰਟ ਕਰ ਦਿੰਦੀ ਹੈ ਸ਼ੀ ਇਜ਼ ਗਾਈਡਡ ਬਾਏ ਹਰ ਫ੍ਰੀ ਵਿਲ ਤਾਂ ਫ੍ਰੀ ਵਿਲ ਤੋਂ ਆਪਣੀ ਫ੍ਰੀ ਮਾਈਂਡ ਨਾਲ ਕੰਮ ਕਰਦੀ ਹੈ ਸ਼ੀ ਲਵਸ ਰੋਚੈਸਟਰਡ ਬਾਏ ਹਰ ਵਿਲ ਆਪਣੀ ਹੀ ਵਿਸ਼ ਦੇ ਨਾਲ ਉਹ ਰੋਚੈਸਟਰਨ ਨਾਲ ਪਿਆਰ ਕਰਦੀ ਹੈ ਸ਼ੀ ਲੀਵਸ ਰੋਚੈਸਟਰ ਐਂਡ ਇਟ ਲੈਕਸ ਥੀ ਫੇਰ ਬਾਅਦ ਦੇ ਵਿੱਚ ਉਹ ਰੋਚੈਸਟਰ ਨੂੰ ਛੱਡ ਦਿੰਦੀ ਹੈ ਅਤੇ ਉਸ ਦੇ ਕੋਲੋਂ ਦੀ ਜਿਹੜਾ ਹੈ ਉਹ ਨਿਕਲ ਆਉਂਦੀ ਹੈ ਥੋਰਨਫੀਲਡ ਤੋਂ ਸ਼ੀ ਡਿਵਾਈਡਸ ਫਾਉਂਡ ਇਨਟੂ reverse siblings with free will ਆਪਣੀ ਇੱਛਾ ਦੇ ਨਾਲ ਉਹ ਆਪਣੇ ਜਿਹੜੇ ਪਾਉਂਡ ਮਿਲਦੇ ਨੇ 2000 ਉਹ ਵੀ ਰਿਵਰਸ ਸਿਬਲਿੰਗ ਦੇ ਵਿੱਚ ਵੰਡ ਜਾਂਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਕਿ ਇਹ ਵੀ ਮੇਰੇ ਕਜ਼ਨ ਨੇ ਸ਼ੀ ਗੋਜ਼ ਬੈਕ ਟੂ ਰਚੇਸਟਰ ਆਫਟਰ ਮਚ ਥਿੰਕਿੰਗ ਹੁਣ ਦੇਖੋ ਰਚੇਸਟਰ ਦੇ ਨਾਲ ਵੀ ਉਹ ਬਹੁਤ ਸੋਚ ਸਮਝ ਕੇ ਜਾਂਦੀ ਜਦੋਂ ਵਾਪਸ ਜਾਂਦੀ ਹੈ ਸ਼ੀ ਮੈਰਿਸ ਹਿਮ ਵਿਦ ਹਰ ਫਰੀ ਵਿਲ ਮਤਲਬ ਇਹ ਕਹੋ ਦੀ ਆਪਣੀ ਮਨਮਰਜ਼ੀ ਦੇ ਨਾਲ ਹੀ ਉਹ ਜਿਹੜੀ ਹੈ ਰਚੇਸਟਰ ਦੇ ਨਾਲ ਕੀ ਹੈ ਵਿਆਹ ਵੀ ਐਂਡ ਦੇ ਵਿੱਚ ਕਰ ਲੈਂਦੀ ਹੈ ਜੇਨ ਐਰੇ ਇਜ਼ ਅ ਸਿੰਪਲ ਇਨੋਸੈਂਟ ਗਰਲ ਸਿੰਪਲ ਪੋਲੀ ਪਾਲੀ ਸਧਾਰਨ ਜੀ ਕੁੜੀ ਹੈ ਸ਼ੀ ਇਜ਼ ਕਾਈਂਡ ਐਂਡ ਸਿਨਸੀਅਰ ਬਹੁਤ ਕਾਈਂਡ ਅਤੇ ਸਿਨਸੀਅਰ ਹੈ ਸ਼ੀ ਫੇਸਿਸ ਮੈਨੀ ਡਿਫਿਕਲਟੀਜ਼ ਬਟ ਸ਼ੀ ਹੈਜ਼ ਟੋਲਰੈਂਸ ਪਾਵਰ ਹੁਣ ਦੇਖੋ ਕਾਫੀ ਸਾਰੀ ਡਿਫਿਕਲਟੀਜ਼ ਉਹ ਫੇਲ ਫੇਸ ਕਰਦੀ ਹੈ ਲੇਕਿਨ ਉਹਦੇ ਕੋਲ ਟੋਲਰੈਂਸ ਪਾਵਰ ਹੈ ਸ਼ੀ ਟੈਲਸ ਰੋਚੈਸਟਰ ਹਰ ਹਰ ਪਾਰਟ ਔਰ ਚੈਸਟਰ ਨੂੰ ਆਪਣੇ ਬਾਰੇ ਦੱਸਦੀ ਹੈ ਚੰਗੀ ਤਰ੍ਹਾਂ ਸ਼ੀ ਰਿਮੈਂਬਰਸ ਫੇਵਰਸ ਆਫ ਰੋਚੈਸਟਰਸ ਅਤੇ ਰੋਚੈਸਟਰ ਦੇ ਫੇਵਰ ਜਿਹੜੇ ਕੀਤੇ ਆਸਾਨ ਨਾ ਨੂੰ ਵੀ ਉਹ ਜਾਣਦੀ ਹੈ she remembers she has double charge oh de kol jehde aap akase double charge hai she is bold and courageous girl ik bold ate confidence courageous girl de roop de vich eh akondi hai so hope ton video pasand aaya hovega milte haan aapna naye video de naal dhanwad